ਅੰਬੇਦਕਰ ਸਮਾਜ ਦਲ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਵੀਰ ਦੀਪਕ ਕੁਮਾਰ ਪੰਜਾਬ ਯੂਥ ਵਿੰਗ ਮੀਤ ਪ੍ਰਧਾਨ ਦੀ ਅਗਵਾਈ ਹੇਠ 31 ਦਸੰਬਰ ਮਹਾਸ্নান ਦੇ ਸਬੰਧ ਵਿੱਚ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਰਾਸ਼ਟਰੀ ਪਰਥਾ ਵੀਰ ਸਨੀ ਦਾਨਵੱਲੋਂ ਵੀਰ ਸੂਰਜ ਕੁਮਾਰ ਨੂੰ ਯੂਥ ਵਿੰਗ ਪੰਜਾਬ ਦਾ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਇਸ ਮੌਕੇ ਪੰਜਾਬ ਦੇ ਕੈਸ਼ੀਅਰ ਵੀਰ ਅਰुण ਕੁਮਾਰ ਗਿੱਲ ਪੰਜਾਬ ਰਿਟਾਇਰਮੈਂਟ EMPLOYE ਸੇਲ ਪ੍ਰਧਾਨ ਵੀਰ ਓਮਪ੍ਰਕਾਸ਼ ਵੀਰ ਜਸਪਾਲ ਸਿੰਘ ਪੰਜਾਬ ਸੈਕਟਰੀ ਵੀਰ ਬਲਜੀਤ ਸਿੰਘ ਲਾਲੀ ਅਤੇ ਵੀਰ சுரேਜ ਕੁਮਾਰ ਜ਼ਿਲ੍ਹਾ ਪ੍ਰਭਾਰੀ ਅੰਮ੍ਰਿਤਸਰ ਮੌਜੂਦ ਸਨ। சுரேਜ ਕੁਮਾਰ ਜੀ ਜਿਨ੍ਹਾਂ ਨੂੰ ਲੋਕ ਸੂਰਜ ਪ੍ਰਧਾਨ ਦੇ ਨਾਮ ਨਾਲ ਜਾਣਦੇ ਆ। ਅੱਜ ਉਹਨਾਂ ਦੀਆਂ ਸੇਵਾਵਾਂ ਦੇਖਦੇ ਹੋਏ ਔਰ ਉਹਨਾਂ ਦੇ ਮਨ ਦੀ ਇੱਛਾ ਸੀ ਬੜੀ ਧੇਰ ਦੀ ਕਿ ਮੈਂ ਸੰਗਠਨ ਦੇ ਵਿੱਚ ਜੁੜਾਂ ਔਰ ਬੜੇ ਸਾਰੇ ਸੰਗਠਨਾਂ ਨੂੰ ਦੇਖਦੇ ਹੋਏ ਉਹਨਾਂ ਨੇ ਅੰਬੇਡਕਰ ਸਮਾਜ ਦਲ ਨੂੰ ਚੁਣਿਆ ਜਿਸ ਦਾ ਕਿ ਅੱਜ ਉਸ ਹੀ ਉਹਨਾਂ ਨੂੰ ਪੰਜਾਬ ਦਾ ਵਾਈਸ ਪ੍ਰਧਾਨ ਬਣਾਉਣ ਜਾ ਰਹੇ ਆ।